हजारां लोकां मिली दे हफ्ते विच हर वीक कोई 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 हुंदा जिहड़ा ऐ पूरा हर वेले कायम है खिड़िया होया खुश कई मेरे तो सुन के कह भी देणगे भाई साहब बड़े खुश अच्छा चढ़दी कला है हां जी बहुत चढ़दी कला अच्छा दो मिनट गल कर लो होर किवें साहब बस बहुत चढ़दी ऐ कह के फिर उदू बाद शुरू कर लेना घरे थोड़ा जा पंगा है बस काम दा थोड़ा जा चल रहा है बेबे भी बीमार रहिंदी है सेहत भी मेरी डाउन जी हुई है बस चढ़दी कला पता लग जाता है अंदर गहरे तल दे उत्ते ते भरिया पिया हर वेले इदां रहना है दुख तकलीफां चेता रखना जिंदगी विच सब दे उत्ते ने सब दे उत्ते ने जिड्डा वड्डा बंदा है ओने ओने दुख भी वड्डे ने वड्डे वड्डे जो दिसै लोक तिनको व्यापै है चिंता रो दुख सब कोल ने कौन वड्डा माया वड्डे आई कहंदे नहीं सो वड्डा जिन राम ले बलाए कहंदे तेरे कोल लगदा जमीना बहुत ही लोकां कोल भूमियां भूम ऊपर नित लूजै छोड़ चले तृष्णा नहीं बूझे भुख ते मरदी नहीं कहो नानक हे तत विचारा बिन हर भजन नहीं छुटकारा जिन्ने वड्डे ने दुखी सारे ने बस नंबर ओनू मिलने है दुख नू जानदा किन्ना दुख सारिआं दी जिंदगी चाहुंदे हर बंदे दी किसे दी जिंदगी च थोड़ा दुख है किसे दी जिंदगी च ज्यादा दुख मैं अगे भी तुहाडे नाल गल कीती सी ते तैनू फिकर है मेरी रसोई चलनी है ते तू मैनू आके कह मेरी रसोई नहीं चलती ते जिहदे नाल गल करदा उहदा भी ते लंगर है लंगर भावें गुरु दा पर प्रबंधक ते असीं होईआं कि नहीं चलाउणा ते आप ही पैणा कि नहीं प्रबंध ते करना पऊ तैनू तेरी रसोई दा प्रबंध करना पऊ मैनू साडे वाली सांझे चुल्हे दा प्रबंध करना पऊ रसोई दा हर बंदे ने करना बस तुसी ओनू किवें टैकल करदे हो उस दुख नू नजिठदे किद्दां हो इह है गल जिवें हुण मन लो गुम लगा है बाहर बाहर गर्मी है एक ने कहना है हाए गर्मी हाए मर गए हाए गर्मी हाए मर गए इदां करी जांदे मैनू आ एक आके कहिंदा मझां वाला छप्पड़ हैगा मैं कहा हां टोबा मैं कहा हां कहिंदा उहनूं साफ कराओ उहदे जी नाल ही उहदे जी बड़ जी इन्नी गर्मी लगदी मैं हुण मझां तेरे लई बाहर कढ के हुण गुरु कीआं वखरीआं मझां वाड़ीए विच इह झोटे वाड़ीए मझां कढ के मैनूं कहिंदा मैनूं वाड़ो विच मैं कहा उहदे दुध थेड़ गईआं ਉਹਦੇ ਵਿਚਾਰੀਆਂ ਠੰਡੀਆਂ ਰਹਿਣਗੀਆਂ ਕੋਈ ਦੋ ਤਿੰਨ ਚਾਰ ਕੁਇੰਟਲ ਦੁੱਧ ਲੰਗਰ 'ਚ ਚਾਹੀਦਾ ਹੁੰਦਾ ਰੋਜ਼ ਚਾਹੀਦਾ ਕਿ ਨਹੀਂ ਅੱਜ ਕੱਲ੍ਹ ਵਾਲੀ ਗਰਮੀ 'ਚ ਚਾਰ ਕੁਇੰਟਲ ਦੁੱਧ ਹੋਵੇ ਘਰ ਦਾ ਅੱਠ ਕੁਇੰਟਲ ਵਰਗਾ ਉਹ ਮੁੱਲ ਲਓਗੇ ਅੱਠ ਕੁਇੰਟਲ ਇਹ ਚਾਰ ਕੁਇੰਟਲ ਨਾਲ ਕੰਮ ਚੱਲ ਜਾਂਦਾ ਸਵੇਰੇ ਪਰਮੇਸ਼ਰ ਦੁਆਰ ਤੁਸੀਂ ਆਓ ਲੱਸੀ ਮਿਲਦੀ ਹੁੰਦੀ ਹੈ ਤਿੰਨ ਤਿੰਨ ਵਜੇ ਤੱਕ ਦੋ ਵਜੇ ਤੱਕ ਦੁਪਹਿਰ ਤੱਕ ਲੱਸੀ ਚੱਲਦੀ ਲੰਗਰ 'ਚ ਚੱਲਦੀ ਕਿ ਨਹੀਂ ਚੱਲਦੀ ਸ਼ਾਮ ਨੂੰ ਆਉਣ ਵਾਲਿਆਂ ਨੇ ਕਿਤੇ ਪੀਤੀ ਉਹੀ ਕਈ ਦਿਨ ਚੱਲ ਰਹੀ ਪੀਤੀ ਹੈ ਤੁਸੀਂ ਆਉਂਦੇ ਤੇ ਸ਼ਾਮ ਨੂੰ ਤੁਸੀਂ ਉਹ ਤੇ 2 ਵਜੇ ਮੁੱਕ ਜਾਂਦੀ ਹੈ ਐਵੇਂ ਹੀ ਕਹਿਦਾ ਚੱਲਦੀ ਹੈ ਪੁੱਛ ਤੇ ਲੈ ਜਾਣ ਤੇ ਲੈ ਹੁਣ ਜਿਹੜੇ ਆਉਂਦੇ ਆ ਦੁਪਹਿਰੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਵੀ ਚੱਲਦੀ ਹੈ ਹੁਣ ਵੇਖੋ ਉਹ ਮੱਝਾਂ ਨੇ ਉਹ ਤੇ ਦੁੱਧ ਦੇਣਗੀਆਂ ਕਿ ਨਹੀਂ ਉਹਨਾਂ ਲਈ ਤੇ ਟੋਬਾ ਬਣਿਆ ਤਲਾਬ ਬਣਿਆ ਤਲਾਬ ਮੱਝਾਂ ਦਾ ਤਲਾਬ ਉਹਨਾਂ ਨੂੰ ਕੱਢਦੀ ਏ ਤੈਨੂੰ ਵਾੜਦੀ ਏ ਝੋਟੇ ਨੂੰ ਉਹਦੇ 'ਚ ਵੜ ਜਾਓ ਸਾਰੇ ਉਹਨਾਂ ਦਾ ਤੇ ਫਾਇਦਾ ਵੀ ਹੈ ਕਿ ਨਹੀਂ ਹੁਣ ਮੇਰੇ ਕਹਿਣ ਦਾ ਮਤਲਬ ਹੈ ਇੱਕ ਬੰਦਾ ਕਹੀ ਜਾਂਦਾ ਹਾਏ ਓਏ ਗਰਮੀ ਹਾਏ ਗਰਮੀ ਮਰ ਗਏ ਮਰ ਗਏ ਮਰ ਗਏ ਇੱਕ ਕਹਿੰਦਾ ਚਲੋ ਜੀ ਠੀਕ ਹੈ ਤੇ ਹਰ ਸਾਲ ਹੀ ਹੁੰਦੀ ਹੈ ਕਰਨਾ ਹੀ ਪੈਣਾ ਬਈ ਇੱਕ ਨੇ ਮਨ ਸਮਝਾਇਆ ਹੋਇਆ ਇੱਕ ਗਰਮੀ ਨੂੰ ਕਿਵੇਂ ਟੈਕਲ ਕਰਦਾ ਇੱਕ ਗਰਮੀ ਨੂੰ ਬੋਲੋ ਕਿਵੇਂ ਟੈਕਲ ਕਰਦਾ ਇੱਕ ਬਰਸਾਤ ਅੱਜ ਹੁਣ ਕੱਲ੍ਹ ਨੂੰ ਮੀਂਹ ਪੈਣ ਲੱਗ ਜਾਣਗੇ ਇਹੀ ਕਹਿੰਦੇ ਮੌਸਮ ਵਾਲੇ ਵੈਦਰ ਵਾਲੇ ਕਹਿੰਦੇ ਕੱਲ੍ਹ ਨੂੰ ਦੁਪਹਿਰ ਤੋਂ ਬਾਅਦ ਮੀਂਹ ਪਊ ਚਲੋ ਕੱਲ੍ਹ ਪੈ ਜੂ ਪਰਸੋਂ ਪੈ ਜੂ ਹੁਣ ਇੱਕ ਮੀਂਹ ਨੂੰ ਕਿਵੇਂ ਟੈਕਲ ਕਰਦਾ ਕਈ ਮੀਂਹ ਨੂੰ ਬੜਾ ਇੰਜੋਏ ਕਰਦੇ ਨੇ ਨਹਾਉਂਦੇ ਆ ਮੀਂਹ ਦੇ ਵਿੱਚ ਵੜ ਕੇ ਛਾਲਾਂ ਮਾਰਦੇ ਆ ਬੜੇ ਖੁਸ਼ ਹੋਣਗੇ ਐ ਪੈ ਜਾਣਗੇ ਮੀਂਹ ਦੇ ਵਿੱਚ ਤੇ ਕਈ
ਅੱਜ ਵੀ ਔਖੇ ਭੈੜੇ ਮੂੰਹ ਵਾਲੇ ਅੱਜ ਵੀ ਉਹ ਭੈੜਾ ਮੂੰਹ ਰੱਖਣ ਹਾਏ ਗਰਮੀ ਤੇ ਕੱਲ ਨੂੰ ਜਦੋਂ ਮੀਂਹ ਜਾ ਪੈ ਗਿਆ ਹਾਏ ਮੀਂਹ ਪੈ ਰਿਹਾ ਇਹ ਫੇਰ ਵੀ ਔਖੇ ਤੇਰਾ ਬੰਦਾ ਕਰੇ ਕੀ ਤੂੰ ਤੇ ਮਰ ਜਾ ਸੁਸਾਈਡ ਕਰ ਲੈ ਤੂੰ ਤੇ ਸੱਚੀ ਮਗਰੋਂ ਲੈ ਜਾ ਭਾਰ ਬਣਿਆ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਇਹ ਜੇ ਹੋਣਗੇ ਐਡਾ ਨਕੰਮਾ ਸੱਚੀ ਮਤਲਬ ਤੂੰ ਖੁਸ਼ ਕਦੋਂ ਹੋਣਾ ਤੂੰ ਤੂੰ ਗਰਮੀ 'ਚ ਵੀ ਔਖਾ ਸੀ ਤੂੰ ਮੀਂਹ 'ਚ ਵੀ ਔਖਾ ਹੀ ਤੂੰ ਸੌਖਾ ਕਿਵੇਂ ਹੋਏਗਾ ਉਦੋਂ ਫਿਰ ਐਂ ਲੱਗਦਾ ਵੀ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਤੇਰੇ ਵਰਗਿਆਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਜਿਹਨੂੰ ਤੁਸੀਂ ਰੱਬ ਕਹਿੰਦੇ ਆ ਨਾ ਉਹ ਆ ਕੇ ਕਹਿ ਦੇਵੇ ਹਾਂ ਬਈ ਦੱਸ ਤੂੰ ਕਹੀਂ ਗਰਮੀ ਬਹੁਤ ਹੋ ਕੇ ਲਾ ਲੈ ਮੀਂਹ ਪਵਾ ਦੇਣਾ ਤੂੰ ਕਿਹੜਾ ਖੁਸ਼ ਹੋ ਜਾਣਾ ਫਿਰ ਤੂੰ ਕਹੇਂਗਾ ਹਾਏ ਮੀਂਹ ਵਾਲਾ ਪਈ ਜਾਂਦਾ ਇਸ ਕਰਕੇ ਜਿਹੜੇ ਬੰਦੇ ਦੁਖੀ ਰਹਿਣ ਵਾਲੇ ਨੇ ਉਹਨਾਂ ਨੂੰ ਕੋਈ ਸੁਖੀ ਕਰ ਨਹੀਂ ਸਕਦਾ ਜਿਹੜੇ ਸੁਖੀ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਦੁਖੀ ਕਰ ਨਹੀਂ ਸਕਦਾ ਜਿਹੜੇ ਕਾਇਮ ਰਹਿਣਾ ਚਾਹੁੰਦੇ ਨੇ ਵੀ ਮੈਂ ਰਹਿਣਾ ਕਾਇਮ ਤੁਸੀਂ ਮਗਰੋਂ ਲਓ ਜੋ ਮਰਜ਼ੀ ਹੋਈ ਜਾਵੇ ਅਸੀਂ ਖੁਸ਼ ਰਹਿਣਾ ਦੁੱਖ ਸੁੱਖ ਆਉਂਦੇ ਆ ਆਉਂਦੇ ਰਹਿਣਗੇ ਕੋਈ ਨਹੀਂ ਅਚਾਰ ਨਾਲ ਖਾ ਲਾਂਗੇ ਅੰਬ ਦਾ ਅਚਾਰ ਰੱਖਾਂਗੇ ਨਹੀਂ ਸਬਜ਼ੀ ਬਣੂ ਅਚਾਰ ਬਹੁਤ ਹੈ ਚਟਨੀ ਕੁੱਟ ਲਾਂਗੇ ਖੰਡ ਨਹੀਂ ਗੁੜ ਦੀ ਪੀ ਲਾਂਗੇ ਮੱਝ ਦਾ ਨਹੀਂ ਗਾਂ ਦਾ ਸਾਰ ਲਾਂਗੇ ਬੱਕਰੀ ਲੈ ਆਵਾਂਗੇ ਪਰ ਮੈਂ ਰਹਿਣਾ ਕਾਇਮ ਹੀ ਹੈ ਕੋਈ ਗੱਲ ਨਹੀਂ ਇੱਥੇ ਛਾਤੀ ਤੇ ਰੱਖ ਕੇ ਨਹੀਂ ਲੈ ਗਿਆ ਕੋਈ ਐ ਕਾਇਮ ਰਿਹਾ ਜਿਹੜਾ ਬੰਦਾ ਉਹ ਵੀ ਹੈਗਾ ਇੱਕ ਨੇ ਹਰ ਵੇਲੇ ਪਰੇਸ਼ਾਨ ਰਹਿਣਾ ਦੁਖੀ ਰਹਿਣਾ ਤਾਂ ਕਰਕੇ ਪਿਆਰਿਓ ਇਸ ਗੱਲ ਦਾ ਖਿਆਲ ਰੱਖੋ ਮੈਂ ਗੁਰੂ ਆਪ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹੈ ਦੁੱਖ ਦੀਆਂ ਪੰਨਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ ਕਹਿੰਦੇ ਜਿੱਧਰ ਵੇਖਦੇ ਆ ਦੁੱਖੀ ਦੁੱਖ ਦੁੱਖੀ ਦੁੱਖ ਦੁੱਖੀ ਦੁੱਖ ਦੁੱਖੀ ਦੁੱਖ ਤੇ ਦੁੱਖ ਤੋਂ ਤੇ ਤੁਹਾਡਾ ਖਹਿੜਾ ਛੁੱਟਣਾ ਨਹੀਂ ਛੁੱਟਿਆ ਕਿਹਦਾ ਖਹਿੜਾ ਦੱਸੋ ਆ ਬਰਸਾਤ ਤਿੰਨ ਦਿਨ ਪਈ ਆ ਹੁਣ ਦੱਸਿਓ ਕੱਲ ਤੋਂ ਮੀਂਹ ਪੈ ਜਾਣਾ ਬਰਸਾਤਾਂ ਵਿੱਚ ਆਪਾਂ ਤੇ ਕੱਢਣੇ ਨੇ ਪੂੜੇ ਆਪਾਂ ਤੇ ਕਹਾਂਗੇ ਖੀਰ ਪੂੜੇ ਬਣਾਓ ਅੱਜ ਪਕੌੜੇ ਬਣਾ ਲਓ ਮਾੜੇ ਤੋਂ ਮਾੜਾ ਵੀ ਪੂੜੇ ਕੱਢ ਲੈਂਦਾ ਕਿ ਨਹੀਂ ਕੱਢ ਲੈਂਦਾ ਗਰੀਬ ਤੋਂ ਗਰੀਬ ਵੀ ਪੂੜੇ ਕੱਢ ਲੈਂਦਾ ਪਰ ਤੁਸੀਂ ਦੱਸੋ ਆ ਜਿਹੜੇ ਪੰਛੀਆਂ ਨੇ ਚੋਗ ਚੁਗਣਾ ਕਿੱਥੇ ਜਾਣਗੇ ਤਿੰਨ ਦਿਨ ਮੀਂਹ ਪਈ ਗਿਆ ਪਈ ਗਿਆ ਪਈ ਗਿਆ ਕਿੱਥੇ ਖਾ ਕੇ ਆਉਣ ਇਹ ਕਿਹੜੇ ਚੁਗਣ ਸਾਰਾ ਸਾਰਾ ਦਿਨ ਮੀਂਹ ਪੈਂਦਾ ਰਹਿੰਦਾ ਉੱਡ ਹੀ ਨਹੀਂ ਸਕਦੇ ਗਿੱਲੇ ਹੋ ਜਾਣਗੇ ਮਰ ਜਾਂਦੇ ਨੇ ਕਿੰਨੇ ਪੰਛੀ ਦੁੱਖ ਕਿੱਥੇ ਇੱਥੇ ਪਾਤਸ਼ਾਹ ਦਾ ਵਚਨ ਹੈ ਜਿਹੜਾ ਦੁੱਖ ਵਿੱਚ ਜੰਮਣ ਦੁੱਖ ਵਿੱਚ ਮਰਨ ਦੁੱਖ ਵਰਤਣ ਸੰਸਾਰ ਦੁੱਖ ਤੇ ਵਰਤਣਾ ਪੈਣਾ ਹੈ ਬਸ ਟੈਕਲ ਕਿਵੇਂ ਕਰਦਾ ਇਹ ਮਸਲਾ ਦੁੱਖ ਨੇ ਤੇਰਾ ਖਹਿੜਾ ਨਹੀਂ ਛੱਡਣਾ ਤੁਸੀਂ ਦੱਸੋ 6 ਮਹੀਨਿਆਂ ਇੰਡੀਆ ਵਾਲੀ ਗਰਮੀ ਨੇ ਤੁਹਾਡਾ ਖਹਿੜਾ ਛੱਡ ਦੇਣਾ ਬੋਲਿਓ ਛੱਡਣਾ ਹੀ ਨਹੀਂ ਖਹਿੜਾ ਹਰ ਸਾਲ ਗਰਮੀ ਆਉਣੀ ਹੈ ਹਰ ਸਾਲ ਜੂਨ ਜੁਲਾਈ ਦਾ ਮਹੀਨਾ ਆਉਣਾ ਹੈ ਜੂਨ ਜੁਲਾਈ ਅਗਸਤ ਠੀਕ ਹੈ ਜੂਨ ਜੁਲਾਈ ਅਗਸਤ ਇਹ 3 ਮਹੀਨੇ ਆਉਣੇ ਹੀ ਇਹਨੂੰ ਤੁਸੀਂ ਤੇ ਬਦਲ ਨਹੀਂ ਲੱਗੇ ਬਸ ਫਿਰ ਇਹਨੂੰ ਟੈਕਲ ਕਿਵੇਂ ਕਰੇਗਾ ਇਹਦੇ ਤੋਂ ਖਹਿੜਾ ਕਿਵੇਂ ਛੁਡਾ ਲੇਗਾ ਤੂੰ ਪੋਹ ਦੀ ਸਰਦੀ ਤੋਂ ਕਿਵੇਂ ਖਹਿੜਾ ਛੁਡਾ ਲੇਗਾ ਇਹ ਤਾਂ ਹੋਣਾ ਹੀ ਹੈ ਕਿਹੜਾ ਬੰਦਾ ਕਹੇ ਮੈਨੂੰ ਕਦੇ ਬੁਖਾਰ ਨਹੀਂ ਚੜਨਾ ਮੈਨੂੰ ਕਦੇ ਸਿਰ ਨਹੀਂ ਦੁਖਣਾ ਇਹ ਤੇ ਹਰ ਇੱਕ ਦੀ ਜ਼ਿੰਦਗੀ ਸੰਭਾਲ ਤੁਹਾਡੇ ਚੋਂ ਕੋਈ ਬੰਦਾ ਬਾਂਹ ਖੜੀ ਕਰਕੇ ਕਹਿ ਸਕਦਾ ਮੇਰੀ ਮਾਂ ਨੇ ਮਰਨਾ ਨਹੀਂ ਕਹਿ ਦੂਗਾ ਕੋਈ ਮੇਰੇ ਪਿਓ ਨੇ ਨਹੀਂ ਮਰਨਾ ਘਰ ਵਾਲੀ ਕਹਿ ਸਕਦੀ ਮੇਰੇ ਘਰ ਵਾਲਾ ਮਰੂ ਨਹੀਂ ਘਰ ਵਾਲਾ ਕਹਿ ਸਕਦਾ ਇੱਕ ਨਾ ਇੱਕ ਦਿਨ ਜਾਣਾ ਪੈਣਾ ਤੇ ਦੁੱਖ ਤੇ ਹੈਗਾ ਹੀ ਹੈ ਤੁਸੀਂ ਇਸ ਤੋਂ ਖਹਿੜਾ ਕਿਵੇਂ ਛੁਡਾ ਲਓਗੇ ਜੰਮਣ ਵੀ ਦੁੱਖ ਵਿੱਚ ਹੈ ਮਰਨ ਵੀ ਹੈ ਔਰ ਸਾਡਾ ਕੱਲਿਆਂ ਦਾ ਨਹੀਂ ਪੂਰੀ ਕਾਇਨਾਤ ਦਾ ਹੀ ਇਹਦਾ ਬਸ ਤੂੰ ਇਹਨੂੰ ਟੈਕਲ ਕਿਵੇਂ ਕਰੇਗਾ ਰੋ ਕੇ ਭੋਗ ਲੈ ਹੱਸ ਕੇ ਭੋਗ ਲੈ ਭੋਗਣੇ ਤੇ ਪੈਣਗੇ ਲੰਘਣੇ ਨੇ 3 ਮਹੀਨੇ ਇੱਦਾਂ ਹੀ ਗਰਮੀ ਨੇ ਬਸ ਜਿਵੇਂ ਮਰਜ਼ੀ ਲੰਘਾ ਲੈ ਹੱਸ ਕੇ ਲੰਘਾ ਲੈ ਭਾਵੇਂ ਰੋ ਕੇ ਲੰਘਾ ਲੈ ਜ਼ਿੰਦਗੀ ਹੈ ਜਿਹੜੀ ਜ਼ਿੰਦਗੀ ਇਹਨੇ ਐਂ ਹੀ ਲੰਘਣਾ ਭਾਵੇਂ ਰੋ ਕੇ ਲੰਘਾ ਲਓ ਭਾਵੇਂ ਹੱਸ ਕੇ ਲੰਘਾ ਭਾਵੇਂ ਦੁਖੀ ਹੋ ਕੇ ਲੰਘਾ ਲਓ ਭਾਵੇਂ ਖੁਸ਼ ਹੋ ਕੇ ਲੰਘਾ ਗੁਰੂ ਗੋਬਿੰਦ ਸਿੰਘ ਵਾਂਗੂ ਕੰਡਿਆਂ ਤੇ ਵੀ ਹੱਸ ਲਓ ਨਹੀਂ ਹੱਸਣਾ ਤੇ ਚੱਲ ਫਿਰ
ਪੈ ਮੰਜੇ ਤੇ ਰਹਿ ਦੁਖੀ ਚਿੰਤ ਕਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਵ ਕਹਿੰਦੇ ਵੇਖ ਚਿੰਤਾ ਦੀ ਮੰਜੀ ਤੇ ਪਏ ਆ ਕੋਈ ਹੈਗਾ ਰੱਬ ਕਿਤੇ ਆ ਜਾ ਵੇਖ ਲੈ ਲੈ ਚਿੰਤਾ ਦੀ ਮੰਜੀ ਤੇ ਪਏ ਆ ਦੁੱਖਾਂ ਦਾ ਵਾਣ ਬਿਰਹਿ ਦਾ ਆ ਆ ਵਿਛਾਵਣ ਲੇਵ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਕਹਿੰਦੇ ਸਾਡਾ ਜਿਉਣਾ ਕਿਵੇਂ ਚਿੰਤਾ ਤੇ ਦੁਖੀ ਤੇ ਪਰੇਸ਼ਾਨ ਰਹਿੰਦੇ ਮਰਜ਼ੀ ਸਾਡੀ ਹੈ ਹੱਸ ਕੇ ਕੱਟ ਲਓ ਰੋ ਕੇ ਕੱਟ ਲਓ ਕੱਟਣੀ ਤੇ ਪੈਣੀ ਫਿਰ ਜੇ ਕੱਟਣੀ ਵੀ ਪੈਣੀ ਹੈ ਫਿਰ ਹੱਸ ਕੇ ਕੱਟ ਲਓ ਨੱਚ ਕੇ ਕੱਟ ਲਓ ਖੁਸ਼ ਹੋ ਕੇ ਕੱਟ ਲਓ ਕੱਟਣੀ ਪੈਣੀ ਫਿਰ ਕੱਟ ਲਓ ਹੈ ਕਿ ਨਹੀਂ ਬਈ ਬਸ ਫਿਰ ਸੋਚ ਕੇ ਰੱਖੋ ਛੱਡ ਵੀ ਸਕਦੇ ਨੇ ਭਾਈ ਜ਼ਰੂਰੀ ਥੋੜਾ ਹੈ ਚਿੰਬੜੇ ਰਹਿਣਗੇ ਸਾਡੇ ਨਾਲ ਕੀ ਪਤਾ ਕਿੰਨੇ ਕਦੋਂ ਅਲਵਿਦਾ ਕਹਿ ਜਾਣਾ ਮੁੜ ਕੇ ਫੋਨ ਕਰਨਗੇ ਕਿ ਨਹੀਂ ਕਰਨਗੇ ਬਸ ਚਿੱਤ ਟਿਕਾਣੇ ਰੱਖਣਾ ਆਪਣਾ ਤੇਰਾ ਜਾਇਆ ਤੇਰਾ ਢਿੱਡੋਂ ਜਾਇਆ ਤੇਰਾ ਬਲੱਡ ਤੇਰਾ ਖੂਨ ਖੂਨ ਪਸੀਨੇ ਨਾਲ ਪਾਲਿਆ ਪਾਲੀ ਤੈਨੂੰ ਬਿਨਾਂ ਦੱਸੇ ਤੋਂ ਤੈਨੂੰ ਛੱਡ ਕੇ ਜਾ ਸਕਦੀ ਹੈ ਜਾਂ ਜਾ ਸਕਦਾ ਅੱਜ ਦਾ ਜ਼ਮਾਨਾ ਇਦਾਂ ਤਿਆਰੀ ਰੱਖੋ ਕੋਈ ਗੱਲ ਨਹੀਂ ਭਾਈ ਆਪਾਂ ਆਪਣਾ ਫਰਜ਼ ਨਿਭਾਇਆ ਅੱਗੇ ਤੇਰੀ ਮਰਜ਼ੀ ਹੈ ਕਾਹਦੇ ਲਈ ਰੋਣਾ ਫਿਰ ਬਹਿ ਕੇ ਬਹਿ ਜਾਓ ਚੀਕਾਂ ਮਾਰਨ ਵੀ ਹਾਏ ਐ ਹੋ ਗਿਆ ਅੱਜ ਕਈਆਂ ਦੇ ਹੋਇਆ ਨਹੀਂ ਹੁਣੀ ਰੋਈ ਜਾਂਦੇ ਨੇ ਪਹਿਲਾਂ ਹੀ ਕਿਤੇ ਐ ਨਾ ਹੋ ਜੇ ਕਿਤੇ ਐ ਨਾ ਹੋ ਜੇ ਹੋਇਆ ਤੇ ਹੈ ਨਹੀਂ ਅਜੇ ਅਗਲਾ ਦੇ ਸਾਨੂੰ ਸਾਡੇ ਇਮੋਸ਼ਨ ਨੇ ਜਿਹੜੇ ਉਹਦੇ ਹੀ ਕਥਾ ਕਰੇ ਜਜ਼ਬਾਤੀਆਂ ਦੇ ਜਜ਼ਬਾਤਾਂ ਨੂੰ ਛੇੜੇ ਹੋੜ ਰੋਂਦੇ ਨੇ ਜਜ਼ਬਾਤੀਆਂ ਦੀ ਕਥਾ ਕਰੇ ਅੱਗੇ ਜਾ ਕੇ ਉਹ ਹੋਰ ਰੋ ਕੇ ਆ ਜਾਂਦੇ ਰੋ ਰਾ ਕੇ ਚੁੰਨੀ ਨਾਲ ਅੱਖਾਂ ਉੱਖਾਂ ਪੂੰਝ ਕੇ ਦੀਵਾਨ ਵਿੱਚ ਰੋ ਕੇ ਕਹਿਣਗੇ ਰੌਲੇ ਜੇ ਹੋ ਗਏ ਮਾੜੇ ਜੇ ਉਹ ਹੋਰ ਇਮੋਸ਼ਨਲੀ ਹੋ ਜਾਂਦੇ ਨੇ ਬੰਦੇ ਜਜ਼ਬਾਤੀ ਹੋ ਜਾਂਦੇ ਪਰ ਅਸੀਂ ਜਜ਼ਬਾਤੀ ਨਹੀਂ ਅਸੀਂ ਕਾਇਮ ਹੋਣਾ ਅਸੀਂ ਕਾਇਮ ਹੋਣਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਆਪਣੇ ਆਪ ਨੂੰ ਹਮੇਸ਼ਾ ਹੌਸਲੇ 'ਚ ਰੱਖਣਾ ਪਹਿਲੇ ਪਾਤਸ਼ਾਹ ਕਹਿੰਦੇ ਨੇ ਦੁੱਖ ਬੜੇ ਆਉਂਦੇ ਨੇ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਇਹ ਤੇ ਚੱਲਦਾ ਹੀ ਰਹਿੰਦਾ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਸੁੱਖ ਦੁੱਖ ਤੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁੱਖ ਦੋ ਕੱਪੜੇ ਆ ਜਿਵੇਂ ਆਪਾਂ ਕੱਪੜੇ ਬਦਲਦੇ ਰਹਿੰਦੇ ਹਾਂ ਏਦਾਂ ਹੀ ਕੱਪੜੇ ਨਾਲੇ ਇੱਕ ਗੱਲ ਹੋਰ ਵੀ ਦੱਸਾਂ ਇਹ ਦੋ ਕੱਪੜੇ ਨਹੀਂ ਹੈ ਇਹ ਇੱਕੋ ਹੀ ਕੱਪੜਾ ਇਹ ਦੋ ਕੱਪੜੇ ਨਹੀਂ ਇਹ ਇੱਕੋ ਹੀ ਹੈ ਇੱਕੋ ਪਤਾ ਕਿਵੇਂ ਹੈ ਇੱਕ ਹੀ ਸੁੱਖ ਹੈ ਜਿਹੜਾ ਉਹੀ ਦੁੱਖ ਬਣ ਜਾਂਦਾ ਹੈ ਦੁੱਖ ਜਿਵੇਂ ਮੰਨ ਲਓ ਆ ਮੇਰੇ ਹੱਥ ਵਿੱਚ ਡੰਡਾ ਹੈ ਇਹਦਾ ਆ ਸਿਰਾ ਦੁੱਖ ਹੈ ਆ ਸਿਰਾ ਸੁੱਖ ਹੈ ਇਹ ਦੋ ਨਹੀਂ ਇੱਕੋ ਦੇ ਹੀ ਦੋ ਪਹਿਲੂ ਨੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨਾ ਜਿਵੇਂ ਦੋ ਪਾਸੇ ਹੁੰਦੇ ਨੇ ਇਦਾਂ ਹੀ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਇਕੱਠੇ ਹੀ ਨੇ ਹੁਣ ਤੁਸੀਂ ਦੱਸੋ ਪਾਸ ਹੋਣਾ ਸੁੱਖ ਹੈ ਕਿ ਦੁੱਖ ਹੈ ਪਾਸ ਹੋਣਾ ਸੁੱਖ ਹੈ ਪਰ ਇਹ ਐਗਜ਼ਾਮ ਦੇ ਦੁੱਖ ਤੋਂ ਬਾਅਦ ਹੀ ਆਉਂਦਾ ਕਿ ਨਹੀਂ ਇਹ ਜੁੜੇ ਹੋਏ ਨੇ ਦੋਨੋਂ ਮਾਂ ਬਣਨਾ ਸੁੱਖ ਹੈ ਕਿ ਦੁੱਖ ਹੈ ਬੋਲੋ ਜਨਾਬ ਸੁੱਖ ਹੈ ਪਰ ਕਿੰਨਾ ਦਰਦ ਝੱਲ ਕੇ ਫੇਰ ਆਉਂਦਾ ਇੱਕ ਸਿਰਾ ਸੁੱਖ ਹੈ ਇੱਕ ਸਿਰਾ ਦੁੱਖ ਹੈ ਇੱਕ ਹੀ ਹੈ ਇਹਦਾ ਇੱਕ ਪਾਸਾ ਸੁੱਖ ਹੈ ਇੱਕ ਪਾਸਾ ਦੁੱਖ ਹੈ ਹਰ ਚੀਜ਼ ਵਿੱਚ ਹੁਣ ਜੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਾਂ ਵੀ ਵਿਆਹ ਕਰਾਇਆ ਬੋਲੋ ਕਈਆਂ ਦੇ ਹੋਏ ਨੇ ਘਰ ਵਾਲੀ ਸੁੱਖ ਹੈ ਕਿ ਦੁੱਖ ਲੈ ਦੱਸ ਆਹ ਤੇ ਹੱਦ ਹੋ ਗਈ ਯਾਰ ਚੁੱਪੀ ਕਰਕੇ ਨਾ ਹਾਂ ਨਾ ਨਾ ਕੁਛ ਤੇ ਬੋਲੋ ਵੀ ਸੁੱਖ ਹੈ ਕਿ ਦੁੱਖ ਹੈ ਆਹ ਤੇ ਹੱਦ ਹੀ ਹੋ ਗਈ ਬਈ ਚੁੱਪੀ ਕਰਕੇ ਨਾ ਸੁੱਖ ਕਹਿ ਰਹੇ ਨੇ ਨਾ ਦੁੱਖ ਕਹਿ ਰਹੇ ਦੋਵੇਂ ਹੀ ਹੈ ਕੁਝ ਸੁੱਖ ਨੇ ਕੁਝ ਦੁੱਖ ਨੇ
ਐਦਾਂ ਹੀ ਆ ਠੀਕ ਹੈ ਨਾ ਇਕੱਠੇ ਹੀ ਨੇ ਨਾ ਦੋਨੇ ਤੂੰ ਐ ਤੇ ਕਹਿ ਹੀ ਨਹੀਂ ਸਕਦਾ ਵੀ ਇਕੱਲੇ ਸੁੱਖ ਸੁੱਖ ਹੋਣ ਵੀ ਮੇਰੀ ਘਰ ਵਾਲੀ ਆਵੇ ਮੇਰੀ ਸੇਵਾ ਕਰੇ ਮੈਨੂੰ ਰੋਟੀ ਖਵਾਵੇ ਮੈਨੂੰ ਮਤਲਬ ਸੁੱਖ ਪਰ ਉਹਨੂੰ ਕੱਪੜੇ ਕੌਣ ਲੈ ਕੇ ਦੇਵੇ ਉਹਨੂੰ ਪਰਸ ਚਾਹੀਦਾ ਉਹਨੂੰ ਤਾਂ ਸੂਟ ਚਾਹੀਦਾ ਉਹ ਜਿਵੇਂ ਕੋ ਆਈ ਨਹੀਂ ਸੀ ਪਿੱਛੇ ਜੇ ਵੀਡੀਓ ਉਹ ਕਹਿੰਦਾ ਘਰ ਵਾਲੀ ਕਹਿੰਦੀ ਵੀ ਤੂੰ ਮੈਨੂੰ ਸੂਟ ਲੈ ਕੇ ਦੇਵੇਂਗਾ ਕਿ ਨਾ ਕਹਿੰਦਾ ਸਾਦਾ ਜੀਵਨ ਜਿਉਣਾ ਚਾਹੀਦਾ ਹੈ ਚੰਗਾ ਸਿੰਪਲ ਰਹਿਣਾ ਤੂੰ ਮੈਨੂੰ ਸੂਟ ਦੀ ਗੱਲ ਕਰਦੇ ਸਾਦਾ ਜੀਵਨ ਕਹਿੰਦੀ ਬੜ ਵਿਦਵਾਨ ਬਣ ਕੇ ਬਹਿ ਜਾਂਦਾ ਮੈਂ ਸੂਟ ਮੰਗ ਲਿਆ ਵਿਦਵਾਨ ਬਣ ਗਿਆ ਅੱਗੋਂ ਗਿਆਨੀ ਬਣ ਜਾਂਦਾ ਕੋਈ ਸਮਝਦੇ ਹੋ ਹੁਣ ਤੁਸੀਂ ਸੁੱਖ ਜਾਂ ਦੁੱਖ ਨਹੀਂ ਕਹਿ ਸਕਦੇ ਜਿੱਥੇ ਸੁੱਖ ਨੇ ਉੱਥੇ ਨਾਲ ਦੁੱਖ ਵੀ ਨੇ ਇਦਾਂ ਹੀ ਬੀਬੀਆਂ ਕਹਿਣਗੀਆਂ ਵੀ ਜਿੱਥੇ ਭਾਈ 10,000 ਤਨਖਾਹ ਲਿਆ ਕੇ ਮੈਨੂੰ ਦਿੰਦਾ ਹੈ ਉੱਥੇ ਇਹਦੀਆਂ ਤੰਗੀਆਂ ਵੀ ਬਹੁਤ ਨੇ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ ਇਦਾਂ ਹੀ ਹੈ ਨਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਦੋ ਸਿਰੇ ਸੁੱਖ ਹੀ ਤੇ ਹੋ ਹੀ ਨਹੀਂ ਸਕਦਾ ਫਿਰ ਤੂੰ ਕਿਹੜੀ ਜ਼ਿੰਦਗੀ ਭਾਲਦਾ ਵੀ ਦੁੱਖ ਨਾ ਹੋਣ ਦੁੱਖ ਤੋਂ ਮੁਕਤ ਹੋ ਹੀ ਨਹੀਂ ਸਕਦਾ ਤੂੰ ਟੈਕਲ ਕਿਵੇਂ ਕਰਦਾ ਮਸਲਾ ਇਹ ਹੈ ਕਿਹੜਾ ਬੰਦਾ ਦੁੱਖ ਮੁਕਤ ਹੋਇਆ ਅੱਜ ਤੱਕ ਕੋਈ ਪਸ਼ੂ ਪੰਛੀ ਨਹੀਂ ਹੋਇਆ ਕੋਈ ਜੀਵ ਅੱਜ ਤੱਕ ਕਿਹੜਾ ਜਿਹੜਾ ਦੁੱਖ ਮੁਕਤ ਹੋ ਗਿਆ ਹੋਇਆ ਅਸਲ 'ਚ ਦੁੱਖ ਸੁੱਖ ਹੁੰਦਾ ਹੀ ਨਹੀਂ ਮੰਨ ਲਓ ਤੇ ਦੁੱਖ ਹੈ ਨਹੀਂ ਮੰਨੋ ਤੇ ਕੁਛ ਵੀ ਨਹੀਂ ਮੰਨਣ ਤੇ ਹੈ ਤੁਸੀਂ ਕੀ ਮੰਨਦੇ ਹੋ ਤੁਸੀਂ ਕੀ ਸਮਝਦੇ ਹੋ ਮੰਨ ਲਓ ਤੇ ਬੜਾ ਵੱਡਾ ਨਹੀਂ ਮੰਨੋ ਤੇ ਨਾ ਮੰਨੋ ਪਰਵਾਹ ਹੀ ਨਾ ਕਰੋ ਆਪਣੇ ਆਪ ਨੂੰ ਕਾਇਮ ਰੱਖੋ